फिलौर के नज़दीक पिंड गढ़ा की गोपाल कलोनी में दो औरतों से एक गवांढ में रहते व्यक्ति ने किया जानलेवा हमला। जिंदा सी कि फिलौर के नज़दीक पिंड गढ़ा की गोपाल कलोनी में एक व्यक्ति ने अपने गवांढ में रहती गुरप्रीत कौर नामी औरत को घर में कल्या देख के उसकी घर के उपरों मोंटी राही घर में वड़ के जानलेवा हमला कर दिता। गंभीर रूप में जख्मी हुई गुरप्रीत दी चीकां सुन के नाल दे घर की औरत बलजीत कौर जब गुरप्रीत के घर आई तो उस हमलावर ने बलजीत कौर के सिर पर भी हमला करके उसनु गंभीर रूप में जख्मी कर दिता। गुरप्रीत के पति शिंगारा सिंह ने दसिया कि मैं सवेरे 10 बजे के करीब काम से गया सी तां मेरे गवांढ विच रहिंदे एक व्यक्ति ने मेरी पत्नी नूं घर विच कल्या देख के पहला घर विच लगे CCTV कैमरे दीआं तारां कटियां ते फिर घर विच दाखल होकर मेरी पत्नी गुरप्रीत कौर का मूँह बन के उसते जानलेवा हमला कर दिता। किसी तरह मेरी पत्नी ने उस हमलावर तो छुट के रौला पाया तो भज के बाथरूम में वड़ के अंदर कुंडी लगा ली। जब रौला सुन के मेरे गवांढ विच रहिंदी बलजीत कौर मेरे घर आई तो उस हमलावर ने बलजीत कौर के सिर पर भी बाले नाल हमला कर दिता और उसनू भी जख्मी कर दिता। उस टाइम बलजीत कौर ने मैनू बाहर निकल के भज के फोन किया और सारा मंजर दसिया। जदों मैं घर आके देखा तो मेरी पत्नी और बलजीत कौर बुरी तरह जख्मी हुई सन और घर के सारे खून खिलरिया पाया सी। घर में पई अलमारी का सारा समान खिलरिया पाया सी। मेरे सोने के गहने के कुछ नकदी हमलावर लैके फरार हो चुका सी। शिंगारा सिंह ने कहा कि मेरी पत्नी और बलजीत कौर को फिलौर के सिविल हॉस्पिटल विखे मैं इलाज लिए भर्ती करवाया जिथे डॉक्टर के दसण मुताबक इन्ह दोनों के सिर पर गंभीर सट्टा हैं। इस घटना की खबर सुनदिया ही भाजपा आगू रणजीत पवार भी हस्पताल विखे जख्मी औरतों का हाल चाल पुछने लिए पुज गया और इस घटना की निंदा की। शिंगारा सिंह ने प्रशासन तो मांग की है कि मेरे गवांढ में रहा व्यक्ति क्रिमिनल किस्म का व्यक्ति है, इसनों काबू करके बनती कार्रवाई की जाए और मैनू इंसाफ दवाया जाए। एबी न्यूज़ पंजाबी फिलौर तो सुरेंद्र सिंह के नाल प्रभपाल की विशेष रिपोर्ट। ਭਾਈ ਜਿਹੜੀ ਤੁਹਾਡੀ ਵਾਈਫ ਦੇ ਸੱਟਾਂ ਲੱਗੀਆਂ ਇੱਕ ਲੇਡੀਜ਼ ਹੋਰ ਨਾਲ ਹੈਗੀ, ਕੀ ਸਾਰਾ ਮਾਮਲਾ ਕਿ ਤੁਸੀਂ ਸਿਵਲ ਹਸਪਤਾਲ ਫਲੋਰ ਵਿਖੇ ਪਏ ਹੋ, ਕੀ ਮਾਮਲਾ ਸਾਰਾ ਹੈ? ਸਰ ਇੱਦਾਂ ਸੀਗੀ ਵੀ ਮੈਂ ਆਪਣੇ ਡਿਊਟੀ 'ਤੇ ਜਾ ਰਿਹਾ ਸੀ ਸਵੇਰੇ 10:30 ਵਜੇ ਦੀ ਗੱਲ ਹੈ ਇਹ ਜੀ। ਔਰ ਜਦੋਂ ਮੈਂ ਗਿਆ ਬਾਈਕ ਆਪਣੀ ਗੱਡੀ, ਮੈਂ ਬਾਈਕ 'ਤੇ ਚਲ ਗਿਆ, ਮੈਨੂੰ ਹੈ ਨਾ ਪਿੱਛੋਂ ਘਰੋਂ ਫੋਨ ਆ ਗਿਆ ਗੁਆਂਢੀਆਂ ਦਾ ਵੀ ਤੁਹਾਡੇ ਘਰ ਆ, ਜਾਣੀ ਕਿ ਵੀ ਸੱਟਾਂ ਸੁੱਟਾਂ ਬਹੁਤ ਮਾਰੀਆਂ ਤੁਹਾਡੀ ਵਾਈਫ ਨੂੰ, ਵੀ ਆ ਕੇ ਦੇਖੋ। ਜਦੋਂ ਮੈਂ ਉਸ ਵੇਲੇ ਫਟਾਫਟ ਆਇਆ, ਆ ਕੇ ਜਦੋਂ ਮੈਂ ਦੇਖਿਆ ਇਹਨਾਂ ਦੇ ਸੱਟਾਂ ਸੁੱਟਾਂ ਬਹੁਤ ਲੱਗੀਆਂ ਸੀ। ਜਦੋਂ ਮੈਂ ਅੰਦਰ ਦੇਖਿਆ ਜਾ ਕੇ ਹਲਮਾਰੀ ਵੀ ਸਾਰੀ ਖੁੱਲ੍ਹੀ ਸੀ, ਪਰ ਮੈਂ ਪਹਿਲਾਂ ਵਿਦੇਸ਼ ਥੋੜ੍ਹਾ ਜਿਹਾ ਪਹਿਲਾਂ ਪਿੱਛੇ ਜਿਹਾ ਵਿਦੇਸ਼ ਵੀ ਗਿਆ ਸੀਗਾ, ਉੱਥੋਂ ਜਾਣੀ ਕਿ ਮੈਂ ਥੋੜ੍ਹਾ ਜਿਹਾ ਸਫ਼ਰ ਲਾ ਕੇ ਆਇਆ ਸੀ। ਅਤੇ ਉੱਥੇ ਜਾ ਕੇ ਜਦੋਂ ਫਿਰ ਮੈਂ ਦੇਖਿਆ ਹਲਮਾਰੀ ਦੇ ਵਿੱਚੋਂ ਜਿੱਦਾਂ ਘਰ ਵਾਈਫ ਮੇਰੀ ਦਾ ਇੱਕ ਸੈੱਟ ਸੀ ਅਤੇ ਕੰਨਾਂ ਦੀਆਂ ਵਾਲੀਆਂ ਸੀਗੀਆਂ, ਅਤੇ ਜੋ ਸਾਡਾ ਥੋੜ੍ਹਾ ਬੜਾ ਜੋ ਵੀ ਹੋਰ ਸੋਨਾ ਸੋਨਾ ਸੀਗਾ ਉਹ ਸਾਰੇ ਸਾਡਾ ਜਾਣੀ ਕਿ ਲੈ ਗਏ ਉਹ। ਅੱਛਾ, ਨਹੀਂ ਹੈ ਕੌਣ ਸੀ ਬੰਦੇ ਪਤਾ ਲੱਗਾ ਵੀ ਕੌਣ ਸੀ ਬੰਦੇ? ਹੋ ਬੰਦੇ ਸੀਗੇ ਜੀ ਸਾਡੇ, ਜਿੱਦਾਂ ਨਾਲ ਗੁਆਂਢੀ ਸੀਗੇ ਜੀ ਆਪਣੇ, ਇੱਕ ਮੁੰਡਾ ਹੈਗਾ ਜੱਜਿਆਂ ਤੋਂ ਜੀ, ਅਸ਼ਨੀ ਉਹਦਾ ਨਾਂ ਆ, ਉਹਦੀ ਵਾਈਫ ਦਾ ਨਾਂ ਆ ਨੀਲਮ। ਓਕੇ। ਅਤੇ ਉਹਨਾਂ ਦੀਆਂ ਇੱਕ ਭੈਣ, ਦੋ ਭੈਣਾਂ ਹੋਰ ਵੀ ਆ, ਇੱਕ ਦਾ ਨਾਂ ਰੱਜੀ, ਇੱਕ ਦਾ ਨਾਂ ਜੋਤੀ। ਓਕੇ। ਅਤੇ ਉਹਨਾਂ ਉਹ ਵੀ ਨਾਲੇ ਸੀਗੀਆਂ ਜੀ, ਤਿੰਨ ਭੈਣਾਂ ਸੀ ਇਹ, ਅਤੇ ਦੱਸਦੇ ਸੀਗੇ ਵੀ ਜਦੋਂ ਮੈਂ ਆਇਆ ਅਤੇ ਤਿੰਨ ਲੇਡੀਜ਼ ਸੀ ਅਤੇ ਦੋ ਜੈਂਟਸ ਸੀਗੇ ਜੀ। ਨਹੀਂ ਉਹਨੀ ਘਰਾਂ ਕੇ ਤੁਹਾਡੇ ਹਮਲਾ ਕਿਉਂਕਿ ਜੇ ਤੁਸੀਂ ਉਹਨੂੰ ਜਾਣਦੇ ਹੋ ਕਿਉਂ ਹਮਲਾ ਕੀਤਾ ਤੁਹਾਡੇ ਨਾਲ? ਇਹ ਤਾਂ ਜੀ ਹੁਣ ਮੈਨੂੰ ਆਪ ਨਹੀਂ ਸਮਝ ਲੱਗਦੀ ਵੀ ਕਿਉਂ ਕੀਤਾ ਉਹਨਾਂ ਨੇ। ਜਦੋਂ ਮੈਂ ਆਇਆ ਜਾਣੀ ਕਿ ਚੰਗਾ ਇਹਨਾਂ ਦੇ ਭੌਣ 'ਤੇ ਸਾਰੇ ਲਹੂ ਲਹੂ ਖੂਨ, ਅਤੇ ਇੱਕ ਜਦੋਂ ਚੋਰੀ ਕਰਨ ਆਏ ਸੀਗੇ ਜੀ, ਹੋਰ ਕੀ ਕਰਨਾ ਸੀ ਉਹਨੇ। ਜਦੋਂ ਮੈਂ ਅੰਦਰ ਵੜਿਆ ਤਾਂ ਸਾਰਾ ਸਮਾਨ ਸਾਡਾ ਕਿਲਰਿਆ। ਓਕੇ। ਅਤੇ ਆਪਣੇ ਹਲਮਾਰੀ ਦੇ ਵਿੱਚੋਂ ਵੀ ਸਾਰੇ ਚਾਬੀਆਂ ਚੁਬੀਆਂ ਖੁੱਲ੍ਹਾ ਪਿਆ ਸਾਰੇ ਸਮਾਨ। ਓਕੇ। ਅਤੇ ਜਦੋਂ ਮੈਂ ਦੇਖਿਆ ਕਿ ਸੈੱਟ ਸੁੱਟ ਕੁਛ ਵੀ ਨਹੀਂ ਸੀਗੇ, ਮੈਂ ਫਿਰ ਸੈੱਟ ਕੀ ਕਰਨਾ ਸੀਗਾ, ਮੈਂ ਤਾਂ ਫਸ ਇਹਨਾਂ ਨੂੰ ਚੱਕ ਕੇ ਹੋਸਪਿਟਲ ਲਿਆਉਣ ਦੀ ਕੋਸ਼ਿਸ਼ ਕੀਤੀ। ਅੱਛਾ, ਪੁਲਿਸ ਰਿਪੋਰਟ ਕਰਤੀ ਹੈ? ਪੁਲਿਸ ਰਿਪੋਰਟ ਹੋ ਗਈ ਜੀ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਹਾਂ ਜੀ, ਸਾਨੂੰ ਇਨਸਾਫ਼ ਦਿੱਤਾ ਜਾਵੇ। ਦੇਖੋ, ਕਿਸੇ ਦੇ ਘਰ ਦੇ ਵਿੱਚ ਜਾ ਕੇ ਮਾਰਨਾ ਇਹ ਤਾਂ ਗੱਲ ਗਲਤ ਹੀ ਆ ਜੀ, ਕਤਲ ਕੇਸ ਹੀ ਆ ਜੀ। ਹੁਣ ਜੇ ਮੰਨ ਲਓ ਜੇ ਗੁਆਂਢੀ ਨਾ ਆਉਂਦੇ, ਠੀਕ ਹੈ ਜੀ, ਉਹਨਾਂ ਨੇ ਆਵਾਜ਼ ਮਾਰੇ ਆ, ਚੀਕਾਂ ਚੁੱਕਾਂ ਸੁਣੀਆਂ, ਉਹ ਵਿਚਾਰੇ ਭੱਜ ਕੇ ਆਏ, ਉਹਨਾਂ 'ਤੇ ਵੀ ਹਮਲਾ ਕੀਤਾ। ਓਕੇ। ਉਹਨਾਂ 'ਤੇ ਹਮਲਾ ਕੀਤਾ ਅਤੇ ਜੇ ਦੇਖੋ ਇਹ ਕਤਲ ਹੀ ਆ ਜੀ, ਕਤਲ ਦਾ ਕੇਸ ਆ ਇਹ। ਉਹਨਾਂ ਤਾਂ ਜਾਨੋਂ ਮਾਰ ਦੇਣਾ ਸੀਗਾ ਜੀ ਉਹ ਜੇ ਨਾ ਆਉਂਦੇ। ਮੂੰਹ ਦੇ ਵਿੱਚ ਉਹਨੇ ਬੰਨ੍ਹ ਕੇ ਬਾਲੇ ਵਿੱਚੋਂ ਸਿਰ ਦੇ ਵਿੱਚ ਮਾਰੇ, 15 ਬਾਲੇ ਕਹਿੰਦੇ ਮਾਰੇ ਜੀ। ਓਕੇ। ਅਤੇ ਖੂਨੇ ਖੂਨ, ਘਰ ਵੀ ਸਾਰੇ ਖੂਨੋ ਖੂਨ ਹੋਇਆ ਜੀ। ਠੀਕ ਹੈ। ਮੌਕੇ 'ਤੇ ਪੁਲਿਸ ਆਈ ਸੀ? ਮੌਕੇ 'ਤੇ ਪੁਲਿਸ ਨਹੀਂ ਆਈ ਜੀ, ਹੁਣ ਆਈ ਸੀਗੀ ਪੁਲਿਸ। ਜਦੋਂ ਬਿਆਨ ਹੋਣ ਲੈ ਕੇ ਗਏ ਤਾਂ ਪੁਲਿਸ ਹੁਣ ਆਈ ਆ ਜੀ। ਓਕੇ, ਠੀਕ। ਹਾਂਜੀ। ਡਾਕਟਰ ਸਾਹਿਬ, ਤੁਹਾਡੇ ਕੋਲ ਦੋ ਲੇਡੀਜ਼ ਆਈਆਂ ਹੈਗੀਆਂ, ਗੁਰਪ੍ਰੀਤ ਔਰ ਬਲਜੀਤ ਕੌਰ, ਕਾਫੀ ਸੱਟਾਂ ਲੱਗੀਆਂ ਹੈਗੀਆਂ, ਕੀ ਹਾਲਾਤ ਹੈਗੇ ਸਰ ਉਹਨਾਂ ਦੇ? ਇੱਦਾਂ ਸਾਡੇ ਕੋਲ ਜਦੋਂ ਆਏ ਸੀ ਦੋਨਾਂ ਦੇ ਸਿਰ ਵਿੱਚ ਸੱਟ ਲੱਗੀ ਆ,
जख्म से काफ़ी गहरा जख्म से वो टांके लगाते हैं हले फिलहाल की गाड़ी पेशेंट स्टेबल है कंडीशन जे अगर चक्कर वगैरह उल्टी जब दिक्कत आती है फिर हो सकता सू सिटी स्कैन की भी लोड़ पवे फिलहाल की गाड़ी पेशेंट होश में नहीं स्टेबल कंडीशन आ ठीक है सर दोनों के सर च लगियां सट्टा दोनों के सिर भी सट्टा लगियां थोड़ी बहुत दूसरे भी जख्म सट्टा है कल एक्सरे रखे हुए हैं एक्सरे करावे फिर पता लगेगा कितनी सट्टा है। देश विदेश दीयां खबरां देखण लई साडे एपी न्यूज़ पंजाबी चैनल नूं सबसक्राइब करो लाइक करो शेयर करो अते कमेंट करो जी। देश विदेश दीयां खबरां देखण लई साडे एपी न्यूज़ पंजाबी चैनल नूं सबसक्राइब करो लाइक करो शेयर करो अते कमेंट करो जी।